ਸੀਟੀ ਹਾਂਜੀ ਬਾਲੂ ਭਾਈ ਯਾਰ ਕੀ ਕਹਿੰਦੇ ਆ ਅਸਗਰ ਸਾਹਿਬ ਨਾਲ ਆ ਗਈ ਕਿਸ਼ਤ? ਹਾਂਜੀ ਮੈਂ ਗਿਆ ਸੀਗਾ, ਪੱਖੇ ਦੀ ਅਤੇ ਫਰਿੱਜ ਦੀ ਕਿਸ਼ਤ ਲੈਣ ਵਾਲੀ ਆ। ਕੀ ਕਹਿੰਦੇ ਸੀ? ਉਹ ਕਹਿੰਦੇ ਸੀ ਜੀ ਕਿ ਕਿਸ਼ਤ ਅਸੀਂ ਫੇਰ ਦੇਵਾਂਗੇ। ਅੱਛਾ। ਅਤੇ ਉਹਨਾਂ ਦਾ ਕੋਈ ਬੱਚਾ ਬਿਮਾਰ ਸੀਗਾ। ਅੱਛਾ। ਅਤੇ ਕਹਿੰਦੇ ਸੀ ਕਿ 2-3 ਦਿਨ ਤੱਕ ਅਸੀਂ ਪਹੁੰਚਾ ਦੇਵਾਂਗੇ ਦੁਕਾਨ 'ਤੇ। ਅਤੇ ਤੂੰ ਤਾਂ 3 ਘੰਟੇ ਹੋ ਗਏ ਗਿਆ, ਤਾਂ ਮੈਨੂੰ ਸੁਣਾ ਤਾਂ ਹੁਣ ਦੱਸਣੇ ਉਹਨਾਂ ਦਾ। ਮੈਂ ਘਰ ਚੱਲ ਗਿਆ ਸੀ। ਘਰ ਕੀ ਲੈਣ ਗਿਆ? ਰੋਟੀ ਖਾਣ ਗਿਆ, ਭੁੱਖ ਲੱਗ ਗਈ ਸੀ ਮੈਨੂੰ। ਕਿੰਨੇ ਪੈਸੇ ਜੀ? ਜੀ ਵਾਲੇਕੁਮ ਸਲਾਮ। ਜੀ ਸਰ ਵੇਖਣ ਦੇ ਨਾਲ ਚੀਜ਼ਾਂ ਜੋ ਲੈਣੀਆਂ ਪਾਏ ਕੋਈ ਐਸੀ ਗੱਲ? ਪੱਖੇ ਯਾਰ ਚਾਹੀਦੇ ਆ ਆਪਾਂ ਨੂੰ। ਮਿਲ ਜਾਣਗੇ ਭਾਅ? ਇਹ ਕਿੰਨੇ ਫੁੱਟ ਦਾ ਪੱਖਾ? ਕਿੰਨੇ ਫੁੱਟ ਦਾ ਨਹੀਂ ਹੁੰਦਾ ਭਾਅ, ਇਹ ਤਾਂ ਪਰਾਂ ਦਾ ਹਿਸਾਬ ਹੁੰਦਾ। 24 ਦਾ ਹੁੰਦਾ, 56 ਦਾ ਹੁੰਦਾ। 24 ਤੇ 4 ਪਰ ਲੱਗੇ ਯਾਰ, ਤੁਸੀਂ 24 ਕਹਿ ਰਹੇ ਭਾਅ ਜੀ? ਹੈਲੀਕਾਪਟਰ ਨਾਲ ਥੋੜ੍ਹਾ ਜਿਹਾ ਲੱਗ ਜਾਂਦਾ ਇਹਦੇ। ਨਹੀਂ ਉਹ ਕਹਿ ਰਹੇ ਨੇ 24 ਪਾਰਾਂ ਦਾ ਹੁੰਦਾ। ਮੈਂ 24 ਪਾਰ 24 ਸਾਈਜ਼ ਹੁੰਦਾ। ਸਾਈਜ਼ ਦੱਸ ਦਿਓ ਜਨਾਬ ਤੁਹਾਨੂੰ। ਆ ਫਰੇਮ ਦਾ ਸਾਈਜ਼ ਹੁੰਦਾ, ਜਿਵੇਂ ਪਿਸਟਲ ਫੈਨ 'ਚ ਛੱਤ ਵਾਲੇ 'ਚ ਹੁੰਦਾ 56 ਦਾ 36 ਦਾ। ਇਹ ਉਮਰ 'ਚ ਇਹਨੂੰ ਛੋਟਾ ਲੱਗ ਰਿਹਾ ਪੱਖਾ ਮੈਨੂੰ, ਇਹਦੇ ਨਾਲੋਂ ਇਹ ਵੱਡਾ ਲੱਗ ਰਿਹਾ। ਉਮਰ ਨਹੀਂ ਪਾਇਆ ਇਹ, ਉਮਰ 'ਚ ਵੱਡਾ ਛੋਟਾ ਭਾਅ ਜੀ ਇਹ ਕਿੱਦਾਂ ਦੀਆਂ ਗੱਲਾਂ ਕਰਨ ਲੱਗ ਪਾਉਂਦੇ ਨੇ। ਆਪਾਂ ਨੂੰ ਚਾਹੀਦੇ ਆ ਪੱਖੇ ਜੀ। ਜੀ ਜੀ ਲੈ ਲਓ ਸਰ, ਬਹੁਤ ਪੱਖੇ ਪਏ ਆਪਣੇ ਕੋਲ। ਬਹਿ ਜੀ ਜੀ ਇਹ ਏਅਰ ਕੂਲਰ ਨੇ? ਹਾਂਜੀ ਭਾਅ, ਏਅਰ ਕੂਲਰ। ਅਤੇ ਯਾਰ ਪੱਖਾ ਹੀ ਇਹਦਾ ਹੈ ਨਹੀਂ, ਤੂੰ ਮਤਲਬ ਹਵਾ ਕਿੱਥੋਂ ਲੈਣੀ ਹੈ? ਭਾਅ ਜੀ ਪੱਖੇ ਕਿਹੜਾ ਕੰਪਨੀ, ਤਿੰਨਾਂ ਸਾਈਡਾਂ 'ਤੇ ਲਾ ਕੇ ਦੇਣ ਡੀ, ਫਰੰਟ ਸਾਈਡ 'ਤੇ ਪੱਖਾ ਹੁੰਦਾ। ਅੱਛਾ ਮੈਂ ਕਿਹਾ ਪਤਾ ਨਹੀਂ ਪੱਖਾ ਲਾਉਣਾ ਹੀ ਭੁੱਲ ਗਈ ਕੰਪਨੀ। ਨਹੀਂ ਭਾਅ ਨੇ ਪੱਖਾ ਲਾਇਆ ਭਾਅ ਨੇ, ਪੈਕ ਕੀਤਾ ਵੀ ਕੋਈ ਮਿੱਟੀ ਘੱਟਾ ਵਗੈਰਾ ਨਾ ਪਵੇ। ਹਾਂਜੀ ਅੱਛਾ। ਹਰ ਦੁਕਾਨਦਾਰ 1 ਸਾਲ ਦੀ ਗਰੰਟੀ ਦਿੰਦਾ ਵਾ, ਅਸੀਂ 2 ਸਾਲ ਦੀ ਦਿੰਦੇ। ਚੀਜ਼ ਖਰਾਬ ਹੋ ਜਾਏ ਜਾ ਕੇ ਕਸਟਮਰ ਕੋਲ ਆਪ ਜਾਈਦਾ ਵਾ, ਜਾ ਕੇ ਚੀਜ਼ ਪੁੱਛੀਦੀ ਵੀ ਕੀ ਹੋਇਆ, ਦਿਖਾ ਦੇਣ ਨੂੰ ਸਾਨੂੰ। ਤੁਹਾਨੂੰ ਕੋਈ ਮਾਤਰਾ ਤੋਂ ਰੌਲਾ, ਕੋਈ ਘਰੇਲੂ ਮਾਮਲਾ ਤੁਹਾਡਾ? ਨਹੀਂ ਹੋਇਆ ਭਾਅ, ਮਾਫ਼ ਕਰੇ ਭਾਅ। ਉਹ ਮੈਨੂੰ ਲੱਗਦਾ ਕੋਈ ਗਮਗੀਨ, ਤੁਸੀਂ ਰੋਣ ਵਾਲਾ ਮੂੰਹ ਕੀਤਾ ਹੈ ਕਿ ਕਿਹੜੀ ਗੱਲੋਂ ਕੀਤਾ? ਨਹੀਂ ਨਹੀਂ ਭਾਅ ਨੇ, ਕੰਮ ਦੀ ਮੈਨੂੰ ਥਕਾਵਟ ਹੋਈ ਆ, ਹੋਰ ਐਸੀ ਕੋਈ ਗੱਲ ਨਹੀਂ ਹੈ। ਥਕਾਵਟ ਕਾਹਦੀ, ਮੈਂ ਬੋਰੀਆਂ ਲਾ ਕੇ ਡੇ ਨਹੀਂ, ਐਂ ਕਰਕੇ ਹੋਇਆ ਨਾ। ਐਂ ਮਤਲਬ ਉਹ ਮੈਨੂੰ ਲੱਗਾ ਜਿਵੇਂ ਪਤਾ ਨਹੀਂ ਮਾਮਲਾ ਸੀ, ਜਿਵੇਂ ਕੋਈ ਗੱਲਬਾਤ ਕਰ ਰਿਹਾ, ਮੈਂ ਬਾਹਰ ਚੱਲ ਜਾਂਦਾ। ਨਹੀਂ ਅਸਲ 'ਚ ਇਹਨਾਂ ਦਾ ਥੋੜ੍ਹਾ ਜਿਹਾ ਖੱਬੀ ਸਾਈਡ ਦੇ ਪੱਠੇ ਦਾ ਵੀ ਮਸਲਾ ਹੈਗਾ ਮਾੜਾ ਜਿਹਾ, ਉਹਦੀ ਵਜ੍ਹਾ ਤੁਹਾਨੂੰ ਮਹਿਸੂਸ ਹੋ ਰਿਹਾ ਹੋਣਾ। ਅੱਛਾ ਅੱਛਾ। ਉਹ ਗੱਲ ਇਹ ਸੀ ਕਿ ਆਪਣੇ ਹੋ ਗਈ ਉੱਥੇ ਮੁਹੱਲੇ 'ਚ ਫੌਤ ਗਈ। ਅੱਛਾ। ਉਹ ਚਾਚੇ ਦਾ ਮੁੰਡਾ ਸੀ, ਬਹੁਤ ਚੰਗਾ ਮੁੰਡਾ, ਬੀਬਾ। ਅੱਲਾ ਦਾ ਹੁਕਮ ਭਾਈ, ਕੀ ਕਹਿ ਸਕਦਾ ਬਾ ਜੀ, ਉਹ ਅੱਲਾ ਦਾ ਹੁਕਮ ਅੱਗੇ ਬੰਦਾ ਕੀ ਕਰ ਸਕਦਾ। ਹਾਂਜੀ ਹਾਂਜੀ। ਉਹ ਬੱਚੇ ਵੀ ਆ ਦੋ। ਅੱਛਾ। ਓਏ ਹੋਏ। ਤੇ ਉਹ ਆਪਣਾ 3 ਕੁ ਦਿਨ ਪਹਿਲੇ ਉਹ ਸਵੇਰੇ ਸਵੇਰੇ ਉੱਠਿਆ। ਅੱਛਾ। ਤੇ ਉਹ ਕਿਤੇ ਨਹਾਤਾ ਤੇ ਗਿੱਲੇ ਗਿੱਲੇ ਹੀ ਕੱਪੜੇ ਪਾ ਲਏ। ਓਏ ਹੋਏ। ਤੇ ਉਹ ਕੱਪੜੇ ਵੀ ਗਿੱਲੇ ਹੀ ਸੀਗੇ। ਓਏ। ਤੇ ਉਹ ਆਪ ਵੀ ਪੈਰੀ ਜੁੱਤੀ ਵੀ ਕੋਈ ਨਾ, ਗਰਮੀ ਬਥੇਰੀ ਸੀ। ਤੇ ਉਹ ਆਪਣਾ ਪੱਖਾ ਚਲਾਉਣ ਲੱਗਾ ਕਮਰੇ ਦਾ, ਛੱਤ ਵਾਲਾ। ਛੱਤ ਵਾਲਾ ਹੁਣ ਤੁਹਾਨੂੰ ਪਤਾ, ਜਦੋਂ ਕੱਪੜੇ ਗਿੱਲੇ ਆ, ਪੈਰੀ ਵੀ ਜੁੱਤੀ ਕੋਈ, ਖਤਰਨਾਕ ਕੰਮ, ਖਤਰਨਾਕ ਕੰਮ ਹੈ। ਤੇ ਐਂ ਕਰਕੇ ਬਸ ਇਹ ਬਟਨ ਹੀ ਉਹਨਾਂ ਨੇ ਐਂ ਕਰਕੇ ਚਲਾਇਆ, ਪੈ ਗਿਆ ਅਰਥ ਵਿਚਾਰੇ ਨੂੰ। ਰੱਬ ਦਾ ਹੁਕਮ ਹੁੰਦਾ ਨਾ, ਪੱਖਾ ਚੱਲ ਗਿਆ, ਪੱਖੇ ਥੱਲੇ ਬਹਿ ਕੇ ਉਹਨੇ ਕੱਪੜੇ ਸੁਕਾਏ ਵਿਚਾਰੇ ਨੇ। ਅੱਛਾ। ਕੱਪੜੇ ਸੁੱਕੇ ਆ, ਘਰਦੇ ਨੂੰ ਕਿਹਾ ਨਾਸ਼ਤਾ ਬਣਾ, ਉਹ ਕਹਿੰਦੀ ਨਾਸ਼ਤਾ ਹੈ ਕੋਈ ਨੀ, ਕੀ ਖਾਣਾ ਤੁਸੀਂ, ਅੱਗੇ ਵੀ ਆਪਣੀ ਮਰਜ਼ੀ ਨਾਲ ਖਾਣਾ। ਹਾਂਜੀ ਹਾਂਜੀ। ਕਹਿੰਦਾ ਮੈਂ ਨਾਸ਼ਤਾ ਬਾਜ਼ਾਰੋਂ ਫੜ ਲਿਆ ਹੁੰਦਾ। ਉਹ 1-5 ਕੱਢਿਆ ਮੋਟਰਸਾਈਕਲ। ਅੱਛਾ। ਉਹ ਕਿਤੇ ਰਾਤੀ ਮੁੰਡੇ ਲੈ ਕੇ ਗਏ ਤੇ ਉਹ ਬ੍ਰੇਕ ਬਰੂਕ ਕਿਤੇ ਤੋੜ ਲਿਆ ਹੈ। ਮੈਨੇ 1-5 ਨਾ ਹੈ ਹੀ ਸ਼ੈਤਾਨੀ ਚਰਖਾ, ਸ਼ੈਤਾਨੀ ਚਰਖਾ। ਸਾਡੇ ਪਿਛਲੇ ਮਹੱਲੇ 'ਚ ਮੁੰਡੇ ਨੇ ਇਦਾਂ ਹੀ 1-wheeling ਕੀਤੀ ਆ ਤੇ ਡੈਥ ਹੋ ਗਈ ਤੇ ਐਕਸੀਡੈਂਟ ਹੋ ਗਿਆ। ਬਸ ਇਹਦੇ 'ਚ ਬੰਦੇ ਦਾ ਕੋਈ ਵੱਸ ਨਹੀਂ ਹੈਗਾ। ਲੇਕਿਨ ਭਾਵੇਂ ਮਾਂ ਪਿਓ ਨੂੰ ਚਾਹੀਦਾ ਕਿ ਇਹਨਾਂ ਨੂੰ ਸਮਝਾ ਕੇ ਰੱਖਿਆ ਕਰਨ। ਉਹ ਮੁੰਡਾ ਜੀ ਆਪਣਾ ਉਹਨੇ ਮੋਟਰਸਾਈਕਲ ਉਦਾਂ ਹੀ ਕੱਢਿਆ, ਉਹਨੂੰ ਨਹੀਂ ਸੀ ਪਤਾ ਬ੍ਰੇਕ ਟੁੱਟੀ ਹੋਈ ਆ, ਹੈ ਨਹੀਂ ਗੀ। ਮੋਟਰਸਾਈਕਲ ਉਹਨੇ ਸਪੀਡੋ ਸਪੀਡ ਗਿਆ ਨਾਸ਼ਤਾ ਲੈਣ, ਉਹ ਤੋਂ ਹੈਵੀ ਗੱਡੀ ਅੱਗੋਂ ਨਾ ਨਾਸ਼ਤੇ ਦੁਕਾਨ ਤੋਂ ਪਹਿਲੇ 1 ਜਗ੍ਹਾ ਰਕਸ਼ਾ ਖਲੋਤਾ ਸੀ।
ਇਹ ਇਧਰੋਂ ਆਵੇ ਪਿਆ, ਉਧਰੋਂ ਰਕਸ਼ਾ ਖਲੋਤਾ, ਇਹਨੇ ਸਮਝਿਆ ਜਾਣ ਦਿਆ ਵਾ, ਉੱਤੋਂ ਸਪੀਡ ਵੀ 60-70 ਦੀ ਸਪੀਡ ਤੇ, ਅੱਛਾ ਬ੍ਰੇਕ ਲਾ ਕੇ ਕੋਈ ਨਾ ਦੇਖੀ, ਇਹ ਰਕਸ਼ਾ ਸਾਹਮਣੇ ਆਇਆ ਉਹਦੇ, ਰਕਸ਼ੇ ਤੋਂ ਉਰੇ ਇੱਕ ਗਲੀ ਸੀ, ਉਹ ਗਲੀ ਨੂੰ ਮੁੜ ਗਿਆ ਜੀ, ਨੁੱਕਰ ਤੇ ਦੁਕਾਨ ਸੀ ਹਾਜੀ ਸਫਦਰ ਦੀ ਮੋਟਰਸਾਈਕਲ ਵਾਲੇ ਦੀ, ਉਹਦੇ ਕੋਲ ਉਹਨੇ ਬ੍ਰੇਕ ਸਹੀ ਕਰਾਈ ਹੈ। ਅੱਛਾ, ਨਾਸ਼ਤਾ ਲਿਆ, ਨਾਸ਼ਤਾ ਲੈ ਕੇ ਘਰ ਗਿਆ ਵਾ, ਤੇ ਘਰ ਜਾ ਕੇ ਘਰਦੇ ਨੂੰ ਕਿਹਾ ਨਾਸ਼ਤਾ ਬਣਾ, ਉਹਨੇ ਨਾਸ਼ਤਾ ਬਣਾਇਆ, ਇੰਨੇ 'ਚ ਬਾਹਰ ਕੋਈ ਆਇਆ, ਅੱਛਾ ਬਾਹਰ ਆਇਆ ਕੋਈ, ਉਹਨੇ ਕਿਹਾ ਯਾਰ ਚੌਂਕ 'ਚ ਲੜਾਈ ਹੋ ਪਈ ਹੈ ਤੇ ਆ ਜਰਾ, ਤੁਸੀਂ ਗਮਗੀਨ ਹੋ ਨਾ, ਤੁਹਾਡੀ ਗੱਲ ਸੁਣ ਕੇ ਇੱਥੋਂ ਆਮ ਬੰਦੇ ਦਾ ਏਦਾਂ ਨੀ ਹੁੰਦਾ ਚਿਹਰਾ, ਕੋਈ ਰੌਲਾ ਭਾਜੀ, ਮੈਂ ਗਲਤ ਆ ਗਿਆ, ਮੈਂ ਕਿਸੇ ਹੋਰ ਟਾਈਮ, ਤੁਸੀਂ ਗੱਲ ਇਸ ਤਰ੍ਹਾਂ ਦੀ ਸੁਣਾ ਰਹੇ ਹੋ ਨਾ ਟ੍ਰੈਜਡੀ ਵਾਲੀ, ਤਾਂ ਉਹਨਾਂ ਦੇ ਐਕਸਪ੍ਰੈਸ਼ਨ ਤੁਹਾਨੂੰ ਦੱਸ ਰਿਹਾ, ਮੈਨੂੰ ਜਰੀ ਨਹੀਂ ਜਾ ਰਹੀ ਗੱਲ, ਤੁਸੀਂ ਬਾਹਰ ਚਲ ਜਾਓ ਉੱਠ ਕੇ, ਚਲ ਤੁਹਾਨੂੰ ਸੌਦਾ ਕੱਲ੍ਹ ਦੇ। ਅੱਛਾ ਭਾਈ, ਅੱਛਾ ਜੀ, ਉਹਨੇ ਕਿਹਾ ਯਾਰ ਜਰਾ ਆਈ ਚੌਂਕ 'ਚ ਲੜਾਈ ਹੁੰਦਾ ਹੀ ਆ ਭਾਜੀ, ਇਹ ਲੜਾਈ ਜਿਹੜਾ ਨਾ ਦੌਰ ਬਦਲ ਗਿਆ, ਅੱਜ ਤੋਂ 20-25 ਸਾਲ ਪਿੱਛੇ ਚਲ ਜਾਓ, ਡਾਂਗ ਸੋਟੇ ਦੀ ਕਿਸੇ, ਹਾਂਜੀ ਹਾਂਜੀ ਏਦਾਂ ਹੀ, ਹੁਣ ਤੇ ਭਾਜੀ ਅਗਲਾ ਐਂ ਕਰਕੇ ਠਾ ਕਰਦਾ ਤੇ ਭਾਜੀ, ਉਹ ਜਦੋਂ ਥੱਲੇ ਗਿਆ ਚੌਂਕ 'ਚ, ਤੇਰੀ ਮਾਂ ਦੀ, ਤੇਰੀ ਭੈਣ ਦੀ ਹੁੰਦੀ, ਮਤਲਬ ਇੱਕ ਤੂੰ ਤੂੰ ਮਹਿਮਾ ਹੁੰਦਾ ਹੀ, ਦੋ ਬੰਦਿਆਂ ਨੇ ਪਿਸਤੌਲ ਫੜਿਆ ਹੱਥ 'ਚ, ਨਾਸ਼ਤਾ ਕਰ ਕੰਮ ਤੇ ਜਾ, ਵੀ ਤੂੰ ਕੀ ਲੈਣਾ ਇਹਨਾਂ, ਤੈਨੂੰ ਕੀ ਲੱਗੇ ਲੜਾਈ ਕਿਸੇ ਨਾਲ, ਲੜਾਈ ਦਾ ਮੂੰਹ ਕਾਲਾ, ਉੱਠਿਆ ਉੱਠ ਕੇ ਸਿੱਧਾ ਹੀ ਗਿਆ ਇੱਕ ਨੂੰ ਜਾ ਕੇ ਕਿਹਾ ਗਾਲ ਨਾ ਕੱਢ, ਸਹੀ ਉਹਦੇ ਕੋਲ ਫੜਿਆ ਸੀ ਪਿਸਤੌਲ, ਉਹਨੇ ਦੋ ਵਾਰੀ ਕਿਹਾ ਵੀ ਹਟ ਜਾ ਪਾਸੇ, ਅੱਛਾ ਇਹ ਨਾ ਹਟੇ ਵੀ ਤੈਨੂੰ ਕੀ ਲੋੜ ਪਈ ਯਾਰ, ਤੂੰ ਵਿੱਚ ਕਿਉਂ ਲੱਤ ਫਸਾਈ, ਉਹਦੇ ਇੱਕ ਕੰਮ ਦੱਸ ਕੀ ਨੁਕਸਾਨ ਕਰਾ ਲਿਆ ਉਹਨੇ ਭਾਜੀ, ਉਹ ਜਦੋਂ ਦੋ ਵਾਰੀ ਉਹਨੇ ਹਟਾਇਆ, ਇਹ ਨਹੀਂ ਹਟਿਆ, ਇਹਨੇ ਉਹਦੇ ਪਾ ਲਿਆ ਪਿਸਤੌਲ ਨੂੰ ਹੱਥ, ਵੇਖਿਆ ਉਹਦੇ ਵਾਲ ਫੜ ਲਏ, ਇੱਥੋਂ ਤੰਦੋੜ, ਇਧਰੋਂ ਮਾਰ, ਇਧਰੋਂ ਮਾਰ, ਗਲਾ ਫੜ ਲਿਆ ਉਹਦਾ, ਐ ਤਾਂ ਕੁਛ ਵੀ ਨੀ, ਬਹੁਤ ਹੋਇਆ ਉਹਨੂੰ, ਅੱਛਾ ਜੀ ਬਹੁਤ ਹੋਇਆ, ਇਹ ਬੰਦਾ ਕਹਿੰਦਾ ਤੂੰ ਕਾਹਲੀ ਲੜਿਆ ਲੜਾਈ ਚ, ਕਾਹਲੀ ਬਣਿਆ ਤੂੰ, ਲੱਖ ਲਾਨਤ ਕਰ, ਤੂੰ ਦੁਰ ਫਿੜੇ ਮੂੰਹ ਕਰ ਅਗਲੇ ਬੰਦੇ ਦਾ, ਭਈ ਉਹਦੀ ਲੜਾਈ ਆ, ਤੂੰ ਕੀ ਲੈਣਾ, ਤੂੰ ਆਪਣਾ, ਤੂੰ ਪਰਾ ਦਫਾ ਹੋ ਜਾ ਕਿਤੇ, ਤੂੰ ਗੰਦੀਆਂ ਗਾਲਾਂ ਕੱਢ ਲਾ, ਤੂੰ ਗੰਦੀਆਂ ਗਾਲਾਂ ਕੱਢ ਲਾ, ਤੂੰ ਕੁਛ ਕਹਿ ਲਾ, ਤੂੰ ਕਾਹਦੇ ਲਈ ਕਿਸੇ ਦੀ ਲੜਾਈ ਚ ਵੜਨ ਦੇ ਆ, ਇੱਕ ਉਹਨੇ ਆਖਰੀ ਵਾਰੀ ਸਮਝਾਇਆ ਵੀ ਪਰੇ ਹੋ ਜਾ, ਇੰਜ ਕਰਕੇ ਉਹਨੇ ਘਸੋਣ ਦਿਖਾਇਆ, ਅੱਛਾ ਨਹੀਂ ਉਹਨੇ ਦਿਖਾ ਦਿੱਤਾ ਵਾ, ਘਸੋਣ ਦਿਖਾਇਆ, ਇਹ ਫੇਰ ਨਾ ਹਟਿਆ, ਇਹਨੇ ਮੂੰਹ ਅੱਗੇ ਕੀਤਾ, ਉਹਨੇ ਮਾਰਿਆ ਇਧਰੋਂ ਦਬਾੜੇ ਦੇ ਉੱਤੇ, ਮਾਫ ਕਰੇ, ਜਦੋਂ ਉਹਦੇ ਦਬਾੜੇ ਤੇ ਵੱਜਾ ਘਸੋਣ, ਹੁਣ ਇਹਨੂੰ ਵੀ ਤਾਂ ਗੁੱਸਾ ਚੜਨਾ ਸੀ ਨਾ ਭਾਜੀ, ਨਹੀਂ ਇਹਦਾ ਕੰਮ ਬਣਦਾ ਸੀ ਇਹ ਵਿੱਚ ਬੋਲਣ ਦਾ, ਨਹੀਂ ਤੁਹਾਡੇ ਹੀ ਬਣਦਾ ਕਰਨਾ ਜੀ, ਮੈਂ ਬੰਦਾ, ਇਹਨੇ ਉਹਨੂੰ ਕਿਹਾ ਵੀ ਤੂੰ ਹੁਣ ਮੇਰੀ ਲਾਸ਼ ਤੋਂ ਲੰਘ ਕੇ ਜਾਏਗਾ ਜੇ ਤੂੰ ਉਹਨੂੰ ਉਹਦੇ ਵੱਲ ਜਾਏਗਾ, ਆਹਾ ਸਹੀ ਹੈ, ਉਹ ਭਾਜੀ ਇਹਦੇ ਵੱਲ ਪਿਸਤੌਲ ਕੀਤਾ, ਹਾਂ ਕੀਤਾ, ਐ ਅੱਖ ਦੇ ਸਾਹਮਣੇ ਰੱਖ ਕੇ ਉਹਨੇ ਦਬਾਤਾ ਨਾ ਘੋੜਾ, ਚਲਾਤੀ ਆ ਗੋਲੀ, ਮੇਰੇ ਕੋ ਦੱਸਣਾ ਮੁਸ਼ਕਲ, ਮੇਰੇ ਅੱਲਾਹ ਮਾਫ ਕਰ ਦੇ, ਮਾਫ ਕਰ ਦੇ ਅੱਲਾਹ, ਮਾਫ, ਗੋਲੀ ਚਲਾਈ ਆ ਉਹਨੇ, ਅੱਛਾ ਮੈਗਜ਼ੀਨ ਚ ਗੋਲੀ ਕੋਈ ਨਹੀਂ ਸੀ, ਹੈ ਤੇ ਮਰਿਆ ਕਿੱਦਾਂ ਬੰਦਾ, ਮਰਿਆ ਤੇ ਉਹ ਤੇ ਅਟੈਕ ਹੋਇਆ, ਕੰਮ ਤੇ ਖਲੋਤਾ ਸੀ, ਅਟੈਕ ਹੋਇਆ ਤੇ ਉਹਦੇ ਨਾਲ ਮੁੰਡਾ ਮਰ ਗਿਆ, ਉਹ ਬੰਦਾ ਮਰ ਗਿਆ, ਹਾਂ ਮਰ ਗਿਆ, ਯਾ ਅੱਲਾ ਤੇਰਾ ਸ਼ੁਕਰ, ਮਰ ਤੇ ਗਿਆ, ਮਰ ਗਿਆ, ਇਹ ਹੁਣ ਉਹ ਇਹ ਆ ਕਿ ਉਹ ਜਿਹੜੇ ਦੂਜੇ ਕੋਈ ਰਿਸ਼ਤੇਦਾਰ ਨੇ ਦੂਰ ਦੇ, ਹਾਂਜੀ ਹਾਂਜੀ, ਕੁਛ ਕੋਇਟਾ ਦੇ ਨੇ ਜੀ, ਕੁਛ ਆਪਣਾ ਪਿਸ਼ੌਰ ਵਾਲੇ ਪਾਸੇ ਆਉਣੇ, ਕਰਾਚੀਓਂ ਕੁਛ ਫੈਮਲੀਆਂ ਆਉਣੀਆਂ ਨੇ, ਦੂਰ ਆ ਭਾਜੀ, ਹਾਂਜੀ ਹਾਂਜੀ ਬਿਲਕੁਲ ਦੂਰ ਆ,
ਉਹ ਇਹ ਆ ਕਿ ਉਹ ਗਰਮੀ ਤੁਹਾਨੂੰ ਪਤਾ ਬਥੇਰੀ ਆ ਬਹੁਤ, ਉਹ ਲਾਸ਼ ਬਾਹਰ ਉੱਥੇ ਮਹੱਲੇ 'ਚ ਰੱਖੀ ਆ। ਅੱਛਾ, ਉੱਥੇ ਲਾਸ਼ 'ਤੇ ਲਾਉਣੇ ਨੇ ਪੱਖੇ, ਅਸੀਂ ਲੱਗਦੇ ਆ ਪੱਖੇ ਲੱਗਦੇ ਆ 50 ਪੱਖੇ ਦੇ ਦਿਓ, ਅਸੀਂ ਲਾਸ਼ 'ਤੇ ਲਾਉਣੇ ਨੇ। ਕਿਉਂਕਿ ਉਹ ਇੱਕ ਮਾਮਲਾ ਤਾਂ ਇਹ ਹੈਗਾ ਕਿ ਉਹ ਜਿਹੜੇ ਕੁਛ ਰਿਸ਼ਤੇਦਾਰ ਆਉਣੇ ਆ 5-7 ਦਿਨ ਤੱਕ ਪਹੁੰਚਣੇ ਇੱਥੇ, ਠੀਕ ਆ, ਕੋਈ 3 ਦਿਨ ਤੱਕ ਪਹੁੰਚਣੇ, ਅਸੀਂ ਕੋਈ 5-7 ਦਿਨ ਲਾਸ਼ ਵੀ ਰੱਖਣੀ ਆ। 50 ਪੱਖੇ ਦੇ ਦਿਓ, ਅਤੇ ਆਪਣਾ ਇੱਕ ਦੇ ਦਿਓ ਫਰਿੱਜ ਕੋ ਵੱਡੇ ਸਾਈਜ਼ ਦੀ, ਤੁਹਾਡੇ ਹੀ ਪੱਖੇ ਆ, ਲੈ ਆਵਾਂਗੇ, ਕੋਈ ਐਸੀ ਗੱਲ ਨਹੀਂ। ਉਹ ਪੱਖਾ ਕੋਈ ਮਾੜਾ ਨਹੀਂ ਚਾਹੀਦਾ, ਇਹ ਦੇਖ ਲਓ ਭਾਜੀ, ਸਾਡੇ ਕੋਲ ਵਰਾਇਟੀ ਸਾਰੀ ਨਵੀਂ ਆ, ਛਾਪਰ ਤੁਸੀਂ ਆਪ ਲਾਉਣੇ ਇਹਨਾਂ ਦੇ? ਨਹੀਂ ਨਹੀਂ, ਉਹ ਵੀ ਤੁਸੀਂ ਛਾਪਰ ਲਾਉਣੇ ਆ, ਮੈਂ ਅੱਲਾ ਮਾਫੀ ਦੇਵਾਂ, ਮੈਂ ਪਰਾਏ ਤੁਹਾਨੂੰ ਹੱਥ ਨਹੀਂ ਮਾਰਦਾ ਜੀ, ਉਹ ਮਤਲਬ ਮਸ਼ਰਕੀ ਬੰਦੇ। ਬਿੱਲ ਬਣਾਓ, ਕਿੰਨੇ ਪੈਸੇ ਬਣ ਗਏ 50 ਪੱਖਿਆਂ ਦੇ? ਨਹੀਂ ਨਹੀਂ ਨਹੀਂ, ਬਿੱਲ ਵਾਲਾ ਚੱਕਰ ਨਹੀਂ ਆ ਜੀ, ਹਜੇ ਕਿੱਦਾਂ ਲੈਣੇ ਭਾਜੀ? ਗੱਲ ਇਹ ਆ ਕਿ ਮੁੰਡਾ ਗਿਆ ਮਰ, ਅੱਛਾ, 50 ਪੱਖੇ ਤੁਸੀਂ ਲਾਉਣੇ ਆ, ਅੱਛਾ, ਉਹ 'ਚ ਭਾਵਾਂ 4 ਕੁ ਕੂਲਰ ਵੀ ਲਾ ਦਿਓ, ਆਹ ਵੀ ਲਾ ਦਿਓ, ਜਿਹੜੇ ਜਿਹੜੇ ਹੈਗੇ ਉਹ ਲਾ ਦਿਓ। ਇਹ ਇਹ ਅੱਲਾ ਦੀ ਰਜ਼ਾ ਵਾਸਤੇ ਕੰਮ ਕਰਨਾ ਹੈ, ਸਵਾਬ ਦਾ ਕੰਮ ਹੈ। ਇਹ ਤੁਸੀਂ 50 ਪੱਖੇ ਉੱਥੇ ਲਾ ਦਿਓ, 7-8 ਦਿਨ ਚੱਲਣਗੇ, ਤੁਹਾਡੇ ਪੱਖੇ ਮੁਰਦੇ ਨੂੰ ਹਵਾ ਮਿਲੇਗੀ, ਲੋਕਾਂ ਨੂੰ ਹਵਾ ਮਿਲੇਗੀ, ਕੋਈ ਮਾਈ, ਕੋਈ ਭੈਣ, ਕੋਈ ਬੀਬੀ, ਕੋਈ ਬਾਬਾ, ਕੋਈ ਦਾਦਾ ਤੁਹਾਨੂੰ ਦੁਆਵਾਂ ਦੇਗਾ। ਆਹ ਫਰਿੱਜ ਦੇ ਦਿਓ, ਅਸੀਂ ਰਾਤ ਨੂੰ ਜਦੋਂ ਲਾਸ਼ ਜਿਹੜੀ ਆ ਹੁਣ ਬਰਫ਼ 'ਤੇ ਨਹੀਂ ਨਾ ਲਾਈ ਰੱਖਣੀ, ਫਰਿੱਜ 'ਚ ਰੱਖੀ ਲਾਸ਼, ਸਵੇਰੇ ਕੱਢ ਕੇ ਮੰਜੀ 'ਤੇ ਪਾ ਦਿਆ ਕਰਾਂਗੇ, ਲੋਕ ਫਿਰ ਰੋਣ ਟੱਪਣਗੇ, ਅਤੇ ਆਪਾਂ ਰਾਤ ਪੈ ਜਾਇਆ ਕਰੇਗੀ ਲਾਸ਼ ਰੱਖ ਦਿਆ ਕਿ ਸਵਾਬ ਹੀ ਸਵਾਬ ਆ ਤੁਹਾਨੂੰ। ਲਾਸ਼ ਵੀ ਤੁਹਾਨੂੰ ਕੋਲੋਂ ਦੇ ਦਈਏ, ਤੁਸੀਂ ਕਿੱਦਾਂ ਦੀਆਂ ਭਾਜੀ ਗੱਲਾਂ ਕਰਨ ਡਏ? ਲੈਣਾ ਕੁਛ ਨਹੀਂ ਉਦਾਂ, ਨਹੀਂ ਲੈਣਾ ਸੀ ਕਿ ਮੈਂ ਤਾਂ ਤੁਹਾਨੂੰ ਮੌਕਾ ਦੇਣ ਆਇਆ ਸਵਾਬ ਖੱਟਣ ਦਾ। ਮੌਕਾ ਕਾਹਦਾ, ਤੁਸੀਂ ਮਾਰ ਗਏ ਸੀ ਮੌਕੇ ਨਾਲ। ਨਹੀਂ ਨਹੀਂ, ਉਹ ਲਾਸ਼ ਤਾਂ ਹੈਗੀ ਆ, ਤੁਸੀਂ ਸਿਰਫ ਪੱਖੇ ਭਾਜੀ ਦੇਖੋ, ਮਰਨਾ ਤੁਸੀਂ ਇੱਕ ਦਿਨ, ਮਰਨਾ ਨਹੀਂ, ਐਸ ਮੂੰਹ ਤੇ ਕਿਸੇ ਵੀ ਟਾਈਮ ਕਪੜਾ ਪੈ ਸਕਦਾ। ਅੱਲਾ ਰਹਿਮ ਕਰੇ ਭਾਜੀ, ਕਿੱਦਾਂ ਦੀਆਂ ਤੁਸੀਂ ਗੱਲਾਂ ਕਰਨ ਡਏ? ਤੇ ਨਹੀਂ ਪੈਣਾ ਇਸ ਮੂੰਹ ਤੇ, ਕੀ ਗੱਲ ਹੋ ਗਈ? ਤੁਸੀਂ ਸਵਾਬ ਦੀਆਂ ਗੱਲਾਂ ਕਰ, ਤੁਸੀਂ ਜਿਉਂਦੇ ਬੰਦੇ ਨੂੰ ਮਾਰਨ ਡਏ ਹੋ। ਕੈਸਾ ਤੂੰ ਢੇਠਾ ਕਸ, ਨਾਲੇ ਅਸੀਂ ਕਿਉਂ ਪੱਖੇ ਲਾਈਏ ਉੱਥੇ? ਅਸੀਂ ਰਿਸ਼ਤੇਦਾਰ ਆ ਉਹਦੇ, ਅਸੀਂ ਤੇਰੀ ਇੱਜ਼ਤ ਕਰਨੇ ਆ, ਵੀ ਪਤਾ ਨਹੀਂ ਤੂੰ ਕਿਹੜੀ ਕਿਹੜੀ ਚੀਜ਼ ਲੈਣੀ ਆ, ਤੁਸੀਂ ਕਸਟਮਰ ਸਮ ਕੇ ਤੈਨੂੰ ਬਿਠਾਇਆ ਇੱਡੇ ਉਹਨਾਂ ਨੇ? ਨਹੀਂ ਭਾਜੀ ਦੇਖੋ, ਤੁਹਾਨੂੰ ਮੌਕਾ ਦੇਣ ਆਇਆ ਕਿ ਵੀ ਖੱਟ ਲਓ, ਜਾਓ ਦੁਨੀਆ ਤੇ ਜੰਨਤ ਖੱਟ ਲਓ। ਨਹੀਂ ਸਿਰਫ ਤੂੰ ਵੱਡਿਆ, ਸਿਰਫ ਸਵਾਬ ਦੇਣ ਲਈ ਸਾਨੂੰ, ਮਤਲਬ ਤੂੰ ਫੌਤਗੀਆਂ ਦਾ ਠੇਕਾ ਲਿਆ ਭਾਈ? ਭਾਜੀ ਹੁਣ ਚਾਚੇ ਦਾ ਮੁੰਡਾ ਆ, ਤੇ ਮੈਂ ਅੱਗੇ ਹੋ ਕੇ ਮੈਂ ਕਿਹਾ ਚਲੋ ਜੀ ਮੈਂ ਨਹੀਂ ਕੰਮ ਕਰਾਉਣਾ ਤੇ ਕਿੰਨੇ ਕਰਾਉਣਾ? ਤੇ ਸਾਡਾ ਨੁਕਸਾਨ ਕਰਨ ਲਿਆ। ਨੁਕਸਾਨ ਕਾਹਦਾ, ਇੱਥੇ ਤੁਸੀਂ 4 ਪੱਖੇ ਲਾਉਣੇ ਆ, ਤੁਹਾਨੂੰ 70 ਪੱਖਿਆਂ ਦਾ ਸਵਾਬ ਮਿਲਣਾ ਯਾਰ। ਯਾਰ ਉੱਥੋਂ ਮੈਂ ਕਿਤੇ ਹੋਰ ਦੁਕਾਨ ਤੋਂ ਲੈ ਕੇ ਲਾ ਦੇਣਾ ਪੱਖੇ। 2 ਪੱਖੇ ਲਾਉਣੇ ਆ ਮੁੰਡੇ ਦੇ ਪੈਰਾਂ ਵਾਲੇ ਪਾਸੇ ਲਾਸ਼ ਦੇ। ਅੱਛਾ ਜੀ, ਹਾਂਜੀ, ਕਿਉਂ ਮੁੰਡਾ ਮਹਿੰਦੀ ਲਾ ਕੇ ਮਰਿਆ ਪਿਆ, ਵੀ ਪੈਰ ਸਕਾਉਣੇ ਉਹਦੇ, ਰੰਗ ਚੜਾ ਕੇ ਦਿਖਾਉਣਾ ਉਹਨੇ ਅੱਗੇ ਜਾ ਕੇ। 2 ਪੱਖੇ ਲਾਉਣੇ ਆ ਮੁੰਡੇ ਦੇ ਸਿਰ ਵਾਲੇ ਪਾਸੇ। ਕੀ ਗਿੱਲੀ ਸ਼ਰਟ ਪਾਈ ਉਹਨੇ ਸਕਾਉਣੀ ਉੱਥੇ? ਸਿਰ ਵਾਲੇ ਪਾਸੇ ਲਾਉਣੇ ਪੱਖੇ, ਕਲਰ ਲਵਾ ਕੇ ਪਿਆ ਮੁੰਡਾ। ਬਾਜੀ ਮੈਂ ਚਾਹੁੰਦਾ ਡੇਢ ਘੰਟੇ ਤੋਂ ਤੇਰਾ ਖਿਆਲ ਕਰਨ ਵੀ ਯਾਰ ਕਸਟਮਰ ਆ, ਪਤਾ ਨਹੀਂ ਕਿਹੜੀ ਸ਼ੈ ਲੈਣੀ ਨੇ। ਜਿਹੜਾ ਅਫਸੋਸ ਕਰਨ ਮਹੱਲੇ 'ਚ ਵੜੇ ਨਾ, ਅੱਛਾ, ਮਹੱਲੇ ਦੇ ਬਾਹਰ ਇਹਨੂੰ ਹਵਾ ਆਉਣੀ ਸ਼ੁਰੂ ਹੋ ਜਾਵੇ ਤੇ ਪਤਾ ਲੱਗ ਜਾਵੇ ਇੱਕ ਵਾਰੀ ਵੀ ਇਸ ਦੁਕਾਨ ਨੂੰ ਸਾਰਾ ਸਵਾਬ ਜਾ ਰਿਹਾ। ਮੈਂ ਤੁਹਾਨੂੰ ਕੰਮ ਦੱਸਦਾ, ਉੱਥੇ 35,000 ਰੁਪਏ ਦੀ ਗੱਡੀ ਕਰਾਓ ਯੋਰੋ, ਉਹਦੇ ਵਿੱਚ ਲਾਸ਼ ਰੱਖੋ ਆਪਣੀ ਅਤੇ ਮਰੀ ਲੈ ਜਾਓ ਕਸ਼ਮੀਰ ਪੁਆਇੰਟ ਦੇ ਰੱਖੀਏ ਨਾ, ਸਾਰੀ ਠੰਡ ਹੀ ਠੰਡ ਮੁਰਦੇ ਨੂੰ ਚੜ੍ਹਦੀ ਰਹੀ। ਗਰਮੀ ਆ, ਸੋਚੋ ਦਿਨ ਰਾਤ ਪੱਖੇ ਤੁਹਾਡੇ ਚੱਲਣੇ ਆ, 7 ਦਿਨ ਚੱਲਣੇ ਆ, ਉਸ ਤੋਂ ਬਾਅਦ ਜਦੋਂ ਪੱਖੇ ਦੁਕਾਨ ਤੇ ਆਉਣੇ, ਦੁਕਾਨ 'ਚ ਕਿੰਨੀ ਬਰਕਤ ਪੈਣੀ ਤੁਹਾਡੇ। ਕਿਆ ਬਾਤ ਹੈ, ਕਿਆ ਬਾਤ ਹੈ ਤੇਰੀ, ਆਉਂਦੇ ਬੜੇ ਉਹਨੇ ਕਿਤੇ ਅਗਰਬੱਤੀ ਵਾਲੀਆਂ ਖੁਸ਼ਬੂਆਂ ਸੁੱਟਣ ਲੱਗ ਪਈਆਂ ਸਾਡੇ ਤੇ। ਮੈਨੂੰ ਇਹ ਦੱਸ ਵੀ ਤੁਹਾਨੂੰ ਗਰਮੀ ਨਾਲ ਜਾਂ ਸਰਦੀ ਨਾਲ ਸਾਡਾ ਕੀ ਤਾਲਕ ਹੈ ਯਾਰ? ਸਾਨੂੰ ਫਾਇਦਾ ਕੀ ਹੋਣਾ, ਮੈਨੂੰ ਇਹ ਦੱਸ ਨਾ ਪਹਿਲੇ ਯਾਰ ਤੂੰ। ਉਹ ਯਾਰ ਕੈਸਾ ਸ਼ੁਰੂ ਹੈ, 7 ਪੱਖੇ ਲਾਉਣੇ ਆ ਜੀ ਤੁਸੀਂ, ਤੁਹਾਨੂੰ 50 ਪੱਖੇ ਲਾਉਣੇ ਆ ਜੀ, ਆ ਤੁਸੀਂ ਇੰਜ ਕਰਨਾ ਵਾ ਜੀ ਤੇ ਤੁਹਾਨੂੰ ਤੇ ਲਾਣਤ ਹੋਏ। ਫਰਿੱਜਾਂ 2 ਕਰ ਲਓ, ਮੈਂ ਕਹਿੰਦਾ ਇੱਕ ਦੋ ਕਰ ਲਈ ਕਰ ਲਈਏ ਮੈਂ ਦੋ, ਸਹੀ ਕਹਿੰਦਾ ਇਹ, ਇੱਕ ਉਸ ਬੰਦੇ ਦੇ ਹੀ, ਇੱਕ ਇਹਦੀ ਲਾਸ਼, ਇੱਕ ਇਹਦੀ ਲਾਸ਼ ਲਈ। ਦੱਸ ਤੂੰ 4 ਲੈ ਜਾ, ਸਾਰਾ ਟੱਬਰ ਮਾਰ ਲਾ ਨਾਲੇ ਨਾ, ਐ ਜਿਹੜੀ ਇੱਕ 2-4 ਵਾਸ਼ਿੰਗ ਮਸ਼ੀਨਾਂ ਪਹੁੰਚਾਈਓ। ਮੁੰਡਾ ਜਦੋਂ ਮੁੰਡੇ ਦੇ ਨਾ ਵਿਚਾਰਾ ਜਦੋਂ ਮਰ ਗਿਆ, ਉਹਦੇ ਕੱਪੜੇ ਰਹਿੰਦੇ ਧੋਣ ਵਾਲੇ, ਨਾਲੇ ਟੈਸਟ ਹੋ ਜਾਣਗੀਆਂ ਉਹ ਵੀ ਨਾਲ ਹੀ। ਇੱਧਰ ਆ ਜਾ, ਟੈਸਟ
ਘਰੋਂ ਪਤਾ ਨਹੀਂ ਕੀ ਮੂੰਗੀ ਦੀ ਦਾਲ ਲੈਣ ਆਇਆ ਤੇ ਇੱਥੇ ਆ ਕੇ ਸਾਨੂੰ ਕਪਾਉਣ ਨੇ ਮੈਂ ਤੁਹਾਨੂੰ ਸਵਾਬ ਖੱਟਣ ਦਾ ਮੌਕਾ ਦੇਣਾ ਹੈ ਤੁਸੀਂ ਕਿੱਡੇ ਬਦਬਖਤ ਹੋ ਯਾਰ ਇਹ ਦੁਕਾਨ ਕੋ ਝਾਲ ਵਾਲੀ ਨਹਿਰ ਤੇ ਨਹੀਂ ਵੀ ਅਸੀਂ ਤੇ ਕੱਪੜੇ ਧੋਨੇ ਆ ਅਸੀਂ ਧੋਬੀ ਲੱਗੇ ਆ ਇਹ ਕਾਰਪੋਰੇਸ਼ਨ ਦੀ ਦੁਕਾਨ ਹੈ ਤੇ ਨਵੀਆਂ ਚੀਜ਼ਾਂ ਵੇਖਦੀਆਂ ਵਾ ਕੂਲਰ ਚ ਪਾਣੀ ਅਸੀਂ ਆਪ ਹੀ ਪਾ ਲਾਂਗੇ ਕੂਲਰ ਵੀ ਨਾਲ ਕੋ 12 ਦਾ 10 12 ਕੂਲਰ ਵੀ ਪਹੁੰਚਾ ਦਿਓ ਕਿਉਂਕਿ ਜਿਹੜੇ ਮਾਮੇ ਸਹੁਰੇ ਉਹਦੇ ਜਿਹੜੇ ਸਹੁਰੇ ਸਪੈਸ਼ਲ ਉਹਨਾਂ ਨੂੰ ਆਪਾਂ ਕੂਲਰ ਆ ਰੇਤਲੀ ਸਾਈਡ ਆ ਨਾ ਤੇਰੀ ਲਈਏ ਭਖਰ ਵਾਲੇ ਪਾਸੇ ਲਾਸ਼ ਪਈ ਆ ਨਾ ਬਹੁਤ ਕਿਤੇ ਰੇਤਾਂ ਤਪਣ ਡੀਆਂ ਤੱਤੀਆਂ ਹਵਾਵਾਂ ਚੱਲਣ ਡੀਆਂ ਉੱਥੇ ਯਾਰ ਤੁਹਾਨੂੰ ਮਰਨਾ ਭੁੱਲਿਆ ਤੈਨੂੰ ਮਰਨਾ ਭੁੱਲਿਆ ਯਾਰ ਤੂੰ ਮਰ ਜਾ ਤੂੰ ਮਰ ਜਾ ਸਾਡੇ ਮਗਰੋਂ ਲੈ ਜਾ ਹੈ ਤੂੰ ਚਵੇਂ ਪਾਗਲ ਤੁਹਾਨੂੰ ਇੱਥੇ ਪੈ ਕੇ ਇੱਥੇ ਪਏ ਤੁਹਾਨੂੰ ਕੀ ਸਵਾਦ ਤੇ ਨਹੀਂ ਨਾ ਕੋਈ ਹੋਵੇ ਯਾਰ ਕੁਛ ਵੀ ਨਾ ਹੋਏ ਤੈਨੂੰ ਇਸ ਗੱਲਾਂ ਦੀ ਸਾਡੀ ਦੁਕਾਨਦਾਰੀ ਆ ਸੋਚੋ ਜਦੋਂ ਉਹਦੀ ਫੁੱਫੀ ਨੇ ਐਸ ਤੁਹਾਡੇ ਪੱਖੇ ਦੇ ਅੱਗੇ ਬਹਿ ਕੇ ਕਹਿਣਾ ਹਾਏ ਵੇ ਛੱਡ ਗਿਆ ਕੱਲਿਆਂ ਐ ਜਦੋਂ ਪੱਖਾ ਅੱਗੇ ਚੱਲਣਾ ਉਹਨੂੰ ਠੰਡ ਪੈਣੀ ਉਹਦੇ ਕਲੇਜੇ ਉਹਨੇ ਇਹੀ ਨਾਲ ਕਹਿਣਾ ਹਾਏ ਵੇ ਛੱਡ ਗਿਆ ਕੱਲਿਆਂ ਅੱਲਾ ਇਹਨਾਂ ਨੂੰ ਸਵਾਬ ਦੇ ਜਿਹਨਾਂ ਨੇ ਕੱਲਿਆਂ ਕਿਉਂ ਜਾਣਾ ਉੱਥੇ ਇੱਧਰ ਤੈਨੂੰ ਅਸੀਂ ਮਾਰਨਾ ਤੂੰ ਉਹਦੇ ਨਾਲ ਜਾਣਾ ਐਦਾਂ ਕਰੋ ਆ ਚਾਰ ਪੱਖੇ ਮੈਂ ਚੰਗੀ ਬੁਲਾਉਣਾ ਰਖਾ ਦੇ ਪੱਖੇ ਚੰਗੀ ਕਿਹੜੇ ਚੰਗੀ ਰਖਾਣੇ ਤੂੰ ਪੱਖੇ ਚਲੋ 40 ਕਰ ਲਓ ਯਾਰ ਕੱਲ ਲਈ ਜਾਣ ਹੋਇਆ ਤੈਨੂੰ ਇੱਕ ਵੀ ਨਹੀਂ ਦੇਣਾ ਤੈਨੂੰ ਤਾਂ ਹੱਥ ਵਾਲੇ ਪੱਖੇ ਦੇਣੇ ਐ ਕਰਦਾ ਰਹੀ ਉੱਥੇ ਅਜੀਬ ਬੰਦਾ ਬਈ ਤੂੰ ਪੱਖੇ ਕਿਹੜੇ ਤੈਨੂੰ ਯਾਨੀ ਕਿ ਮਰਨਾ ਭੁੱਲਿਆ ਮਰਨਾ ਤੇ ਤੈਨੂੰ ਯਾਦ ਆ ਮਰਨਾ ਤੈਨੂੰ ਭੁੱਲਿਆ ਤੇ ਨਹੀਂ ਨਾ ਤੈਨੂੰ ਯਾਦ ਆ ਇੱਕ ਇੱਕ ਦਿਨ ਤੂੰ ਫਟਕਾਰ ਪੈਣੀ ਕਿ ਨਹੀਂ ਪੈਣੀ ਫਟਕਾਰ ਪਵੇ ਤੇ ਤੇਜ਼ਾਬ ਪਵੇ ਤੇ ਲਾਲਚ ਪਵੇ ਤੇਰੇ ਤੇ ਏਸੀ ਹੈਗੇ ਨਹੀਂ ਕੁਛ ਨਹੀਂ ਹੈਗਾ ਇੱਥੇ ਨਮਕ ਮਿਰਚਾਂ ਦੇ ਡੱਬੇ ਲੱਗੇ ਚੱਲ ਰੋ ਸਬਜ਼ੀ ਵਾਲੀ ਦੁਕਾਨ ਹੈ ਏਸੀ ਮੈਂ ਕਹਿੰਦਾ ਇੱਕ ਅੱਧਾ ਹੋ ਜਵੇ ਤੇ ਓ ਮੈਂ ਤੇ ਏਸੀ ਵੈਸੇ ਹੀ ਪਾ ਲੈਣਾ ਵਾ ਮੈਂ ਤੇ ਚੇਸੀ ਪਾ ਦੇਣੀ ਹੈ ਤੇ ਤੂੰ ਏਸੀ ਮੰਗਣ ਨੇ ਆ ਏਸੀ ਆਪਾਂ ਅੰਦਰ ਲਾ ਦਾਂਗੇ ਨਾ ਜਿੱਥੇ ਲਾ ਤੈਨੂੰ ਖੇਸੀ ਦਵਾਂ ਅੰਦਰ ਕਿੱਥੇ ਲਾ ਦੇਗਾ ਅੰਦਰ ਕਿੱਥੇ ਲਾ ਦੇਗਾ ਦਿਮਾਗ ਖਰਾਬ ਕੀਤਾ ਬੰਦਾ ਤੂੰ ਸਵਾਬ ਨਹੀਂ ਹੋਣਾ ਤੁਹਾਨੂੰ ਦੇ ਉਹ ਮੈਂ ਕਹਿੰਦਾ ਤੈਨੂੰ ਕੁੱਟ ਕੇ ਬਹੁਤ ਸਵਾਬ ਹੋਣਾ ਕਿੱਡਾ ਖੁਸ਼ ਜਾਣਾ ਸੀ ਦੁਨੀਆ ਤੋਂ ਉਹਨੇ ਮਰਨ ਵਾਲੇ ਨੇ ਉਹਨੇ ਕਹਿਣਾ ਸੀ ਯਾਰ ਜਾਂਦੀ ਬਾਹਰ ਦੇ ਪੱਖੇ ਮੈਨੂੰ ਮੁਫਤ ਲਾਏ ਆ ਆ ਉਹਦਾ ਪਿਓ ਛੱਡ ਗਿਆ ਨਾ ਪਿੱਛੇ ਖਾਨਦਾਨ ਸਾਰਾ ਮੇਤੇ ਮਾਣ ਕਰਦਾ ਮੈਂ ਕਿਹਾ ਚਲੋ ਅੱਗੇ ਹੋ ਕੇ ਕੰਮ ਕਰਾਉਣਾ ਇਹਨਾਂ ਦਾ ਤੇ ਤੁਹਾਨੂੰ ਮਾ ਕੇ ਮੌਕਾ ਦਿੱਤਾ ਤੁਸੀਂ ਮੈਂ ਚੱਲ ਪਾ ਰਿਹਾ ਇਹੀ ਕੰਮ ਖਰਾਬ ਕੀਤਾ ਮੈਨੂੰ ਲੱਗਦਾ ਚਲ ਜਾ ਆ ਗਿਆ ਇਹਨਾਂ ਯਾਰ ਪੱਖੇ ਲਾਉਣੇ ਦੇ ਗੋਲੇ ਲਾਏ ਨਾ ਉੱਤੇ ਤੇ ਮਾਣ ਕਰਦਾ ਹੋਟਲ ਵਾਲੇ ਨੇ ਸਾਹ ਦੀ ਸਾਰੀ ਦੁਕਾਨ ਨੂੰ ਫਰਾਤੀ ਤੇਰੇ ਮੈਂ ਫਰਾਈ ਮੈਂ ਬੜਾ ਉੱਥੇ ਕਿਤੇ ਸਕੂਟਰ ਤੇ ਨੂੰ ਲੈ ਕੇ ਝੂਟੇ ਦੇਣ ਆ ਵੇਖ ਲੋ ਭਾਜੀ ਆ ਵੇਖ ਲੋ ਕੱਲਾ ਮਰੀ ਨਿਕਲ ਮੈਂ ਕੁੱਤਾ ਕਮੀਨਾ ਕਿਤੇ ਕੁੱਤਾ ਕਮੀਨਾ ਕਿਸ ਥਾਂ ਤਾਂ ਤੂੰ ਵੱਡਾ ਨਾ ਰਹਾ ਮਾਰ ਮਾਰ ਚੰਡਾ ਮੂੰਹ ਪਰਲੇ ਪਾਸੇ ਲਾ ਦਵਾਂ ਤੂੰ ਬਾਹਰ 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 ਬਾਹਰ